देखो भाई ओके सिद्धू जी कर लिया स्टार्टअप हां जी हां जी चलो जी मंत्री बनाया सी लोकां ने बड़े बड़े मार्जन जताया सीगा जी थापियां मारियां सी जितन तो बाद ते अज बड़ा कह सकदा कि मन उदास करता मानसा दे लोकां जी सानू भी इस चीज दा बहुत बुरा लग्या जी भी साडे मानसा दे लोकां ने जिदे च इन्ना भरोसा जताया हैरानीजनक गल तां इह कोई साडे लई तां नहीं सी क्योंकि असीं इसे इलाके दे विच रहिंदे आ ਸਾਡੇ ਕੋਲੇ ਪਹਿਲਾਂ ਵੀ ਕਈ ਚੀਜ਼ਾਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਵੀ ਇੱਥੇ ਆਹ ਚੱਲੀ ਜਾਂਦਾ ਇੱਥੇ ਉਹ ਚੱਲੀ ਜਾਂਦਾ ਸੋ ਵਧੀਆ ਗੱਲ ਹੈ ਜੇ ਕੋਈ ਉਹਨਾਂ ਨੇ ਚੰਗਾ ਉਦਮ ਕੀਤਾ ਹੈਗਾ ਸੀ ਐਮ ਸਾਹਿਬ ਨੇ ਤਾਂ ਵਧੀਆ ਗੱਲ ਹੈ ਪਰ ਇੱਕ ਪਾਸੇ ਇਹ ਵੀ ਹੁੰਦਾ ਹੈਗਾ ਵੀ ਇੰਨੇ ਲੋਕਾਂ ਦਾ ਭਰੋਸਾ ਇੰਨੇ ਲੋਕਾਂ ਦਾ ਵਿਸ਼ਵਾਸ ਇੰਨੇ ਲੋਕਾਂ ਦੀਆਂ ਵੋਟਾਂ ਵੀ ਸਾਰਿਆਂ ਨੂੰ ਬੁਰਾ ਹੀ ਲੱਗ ਰਿਹਾ ਇਸ ਚੀਜ਼ ਦਾ ਪਰ ਸਿੱਧੂ ਸਾਹਿਬ ਲੋਕਾਂ ਨੇ ਮੈਂਡੇਟ ਬਹੁਤ ਦਿੱਤਾ ਸੀ ਤੁਹਾਨੂੰ ਲੱਗਦਾ ਮੰਤਰੀ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਸੀ ਵੀ ਜੇਕਰ ਇਸ ਤਰੀਕੇ ਨਾਲ ਕੋਈ ਪਲੈਨਿੰਗ ਬਣਾ ਰਹੇ ਜਾਂ ਕੁਛ ਵੀ ਕਰ ਰਹੇ ਸੀ ਉਹ ਨਹੀਂ ਬਾਈ ਜੀ ਦੇਖੋ ਮੈਂ ਨਾ ਇਹ ਚੀਜ਼ ਇਹ ਕੋਈ ਇਹ ਅੱਜ ਦੀ ਗੱਲ ਨਹੀਂ ਕਰਪਸ਼ਨ ਜਿਹੜੀ ਆਪਾਂ ਕਹਿ ਰਹੇ ਹਾਂ ਵੀ ਖਤਮ ਹੋ ਜੂਗੀ ਹੈ ਇਹ ਖਤਮ ਹੋਈ ਗੱਲ ਹੈ ਨਾ ਵੀ ਮੈਂ ਇਲੈਕਸ਼ਨ ਡਿਊਰਿੰਗ ਵੀ ਜਦੋਂ ਮੇਰੀ ਕਿਤੇ ਨਾ ਕਿਤੇ ਸਪੀਚ ਹੁੰਦੀ ਸੀ ਮੈਂ ਕਿਤੇ ਨਾ ਸਾਰਿਆਂ ਨਾਲ ਇਹ ਗੱਲ ਕਰਦਾ ਹੁੰਦਾ ਸੀ ਕਿ ਬਾਈ ਜੀ ਅਸੀਂ ਕਹਿੰਦੇ ਹਾਂ ਬਦਲਾਅ ਚਾਹੀਦਾ ਸਾਨੂੰ ਬਦਲਾਅ ਕਿੱਥੋਂ ਸ਼ੁਰੂ ਹੋਊਗਾ ਸਾਡੇ ਘਰ ਤੋਂ ਸ਼ੁਰੂ ਹੋਊਗਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਕੁਝ ਸੁਧਾਰ ਹੋਵੇ ਪਹਿਲਾਂ ਸਾਨੂੰ ਆਪਦੇ ਆਪ ਤੋਂ ਸਟਾਰਟ ਕਰਨਾ ਪਊ ਅਤੇ ਮੈਂ ਜੇ ਤੁਸੀਂ ਸਪੀਚ ਮੇਰੀ ਸੁਣੋਗੇ ਤਾਂ ਮੈਂ ਇੱਕ ਗੱਲ ਉਹਨਾਂ ਨੂੰ ਕਹੀ ਸੀ ਕਿ ਝੰਡਿਆਂ ਡੰਡੀਆਂ ਪਿੱਛੇ ਨਾ ਜਾਓ ਝੰਡੀਆਂ ਪਿੱਛੇ ਫਲਾਨੀ ਪਾਰਟੀ ਚੰਗੀ ਹੈ ਜੀ ਫਲਾਨੀ ਮਾੜੀ ਅਸੀਂ ਬੰਦਿਆਂ ਪਿੱਛੇ ਜਾਈਏ ਹੈ ਨਾ ਹੁਣ ਪਾਰਟੀ ਤਾਂ ਅਸੀਂ ਲੋਕਾਂ ਦਾ ਜੋ ਚਲੋ ਯਾਨੀ ਕਿ ਸੱਦਾ ਲੋਕ ਕਹਿੰਦੇ ਪਾਰਟੀ ਚੰਗੀ ਚੁਣੀ ਪਰ ਇਨਸਾਨ ਨਿਕਲ ਰਹੇ ਨੇ ਨਾ ਉਹੋ ਜਿਹੇ ਸਾਨੂੰ ਇਨਸਾਨਾਂ 'ਤੇ ਜ਼ਿਆਦਾ ਗੌਰ ਕਰਨੀ ਚਾਹੀਦੀ ਹੈ ਪਾਰਟੀਆਂ ਨਾਲੋਂ ਕੀ ਹੋਇਆ ਮੈਂ ਸਪੀਚਾਂ 'ਚ ਕਹਿਣਾ ਹੁੰਦਾ ਸੀ ਮੈਂ ਕਿਹਾ ਵੀ ਜਿਹੜਾ ਬੰਦਾ ਘਰੋਂ ਠੀਕ ਹੁੰਦਾ ਨਾ ਹੁਣ ਮੈਂ ਸੀ ਜਾਂ ਕੋਈ ਵੀ ਬੰਦਾ ਜਿਹੜਾ ਬੰਦਾ ਵੀ ਯਾਨੀ ਕਿ ਉਹਨੇ ਜਿਹੜੀਆਂ ਚੀਜ਼ਾਂ ਦੇਖਿਆ ਪੈਸਾ ਦੇਖਿਆ ਹੁੰਦਾ ਹੈ ਨਾ ਉਹ ਇਹੋ ਜਿਹੀ ਗਲਤੀ ਨਹੀਂ ਕਰਦਾ ਪਹਿਲਾਂ ਜਿਹੜੇ ਬੰਦੇ ਦੇ ਇਲੈਕਸ਼ਨ 'ਚ ਪੈਸੇ ਲੱਗਦੇ ਆ ਪਹਿਲਾਂ ਉਹ ਆਪਦੇ ਪੂਰੇ ਕਰਦਾ ਫਿਰ ਉਹ ਅੱਗੇ ਵੱਧਦਾ ਯਾਨੀ ਕਿ ਲੋਕਾਂ ਦੇ ਬਾਰੇ ਫਿਰ ਸੋਚੋ ਪਹਿਲਾਂ ਅਗਲਾ ਕਹਿੰਦਾ ਵੀ ਮੈਂ ਆਪਦਾ ਘਾਟਾ ਪੂਰਾ ਕਰਾਂ ਸੋ ਸਾਨੂੰ ਹਜੇ ਵੀ ਮੈਂ ਲੋਕਾਂ ਨੂੰ ਕਹਿੰਦਾ ਵੀ ਇਹ ਕੋਈ ਚੰਗੀ ਗੱਲ ਨਹੀਂ ਜੇ ਆਪਾਂ ਹੱਸ ਰਹੇ ਹਾਂ ਕਿਸੇ 'ਤੇ ਵੀ ਹੱਸਣਾ ਮਾੜੀ ਗੱਲ ਹੈ ਅਸੀਂ ਇਸ ਚੀਜ਼ ਦੇ ਹੱਕ 'ਚ ਨਹੀਂ ਪਰ ਗੱਲ ਇਹ ਜ਼ਰੂਰ ਹੈ ਕਿਤੇ ਨਾ ਕਿਤੇ ਸਾਨੂੰ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਬਹੁਤ ਲੋੜ ਹੈ ਸਾਨੂੰ ਬੰਦਿਆਂ ਦੇ ਬੈਕਗ੍ਰਾਉਂਡ ਉਹਨਾਂ ਦੇ ਕਿਰਦਾਰ ਚੈੱਕ ਕਰਨੇ ਬਹੁਤ ਜ਼ਰੂਰੀ ਹੈ ਸਿੱਧੂ ਸਾਹਿਬ ਪਰਸਨਲੀ ਮਿਲੇ ਹੋ ਜਾਣਦੇ ਹੋ ਕਿਹੋ ਜਿਹੇ ਇਨਸਾਨ ਸਖਸ਼ੀਅਤ ਜੀ ਜੀ ਮੈਂ ਜਾਣਦਾ ਮੈਂ ਡਾਕਟਰ ਸਾਹਿਬ ਨੂੰ ਸਾਡੇ ਸ਼ਹਿਰ ਦੇ ਨੇ ਸ਼ਖਸੀਅਤ ਪਹਿਲਾਂ ਤਾਂ ਜੀ ਮੈਂ ਕੁਛ ਐਡਾ ਖਾਸ ਜਾਣਦਾ ਨਹੀਂ ਸੀ ਠੀਕ ਹੈ ਜੀ ਸਾਡੀਆਂ ਨਿਗਾਹਾਂ 'ਚ ਤਾਂ ਸਾਰੇ ਚੰਗੇ ਹੀ ਨੇ ਉਹਨਾਂ 'ਚ ਜਿੰਨਾ ਚਿਰ ਕੋਈ ਉਹਦੀ ਕੋਈ ਗਲਤ ਨਹੀਂ ਉਹਦੀ ਦੇਖੋ ਕਮੀਆਂ ਸਾਰਿਆਂ 'ਚ ਹੁੰਦੀਆਂ ਜੀ ਸਾਡੇ 'ਚ ਵੀ ਨੇ ਪਰ ਜਾਣ ਬੁੱਝ ਕੇ ਕੁਛ ਇਹੋ ਜਿਹਾ ਗਲਤ ਕਰਿਆ ਗਿਆ ਉਹ ਮਾੜੀ ਗੱਲ ਹੈ ਕੋਈ ਲੱਗਦਾ ਕਰਪਸ਼ਨ ਨੂੰ ਫਰਕ ਪਊਗਾ ਕੋਈ ਐਗਜ਼ਾਮਪਲ ਸੈੱਟ ਹੋਊਗੀ ਮੁੱਖ ਮੰਤਰੀ ਕਹਿੰਦੇ ਐਗਜ਼ਾਮਪਲ ਸੈੱਟ ਕੀਤੀ ਅਸੀਂ ਦੇਖੋ ਸਾਡਾ ਕਿਸੇ ਵੀ ਕੋਈ ਵੀ ਇਨਸਾਨ ਹੈ ਚਾਹੇ ਉਹ ਮੁੱਖ ਮੰਤਰੀ ਸਾਹਿਬ ਨੇ ਕੋਈ ਵੀ ਬੰਦਾ ਹੈ ਸਭ ਦਾ ਫਰਜ਼ ਹੈ ਕੰਮ ਕਰਨਾ ਠੀਕ ਹੈ ਹਾਂ ਕੋਈ ਚੰਗਾ ਅਸੀਂ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇ ਕੋਈ ਚੰਗਾ ਕੰਮ ਕਰਦਾ ਤਾਂ ਸਾਡੇ ਹੱਥ ਪਹਿਲੇ ਹੋਣਗੇ ਜੋ ਤਾੜੀ ਮਾਰਨਗੇ ਵੀ ਭਾਈ ਇਹ ਚੰਗਾ ਕੰਮ ਕੀਤਾ ਸੋ ਠੀਕ ਹੈ ਜੇ ਉਹਨਾਂ ਨੇ ਉਦਮ ਕੀਤਾ ਤਾਂ ਬਹੁਤ ਵਧੀਆ ਗੱਲ ਤਾੜੀ ਵਾਲਾ ਕੰਮ ਕੀਤਾ ਨਹੀਂ ਆਫਕੋਰਸ ਜੇ ਤੁਹਾਨੂੰ ਲੱਗਦਾ ਵੀ ਜੇ ਇਹ ਬਾਕੀ ਤਾਂ ਦੇਖੋ ਮੁੱਖ ਮੰਤਰੀ ਸਾਹਿਬ ਨੂੰ ਜ਼ਿਆਦਾ ਪਤਾ ਹੋਣਾ ਇਸ ਚੀਜ਼ ਬਾਰੇ ਵੀ ਕੀ ਇਹ ਅਸਲ ਦੇ ਵਿੱਚ ਹੈ ਕੀ ਹੈ ਕਰਪਸ਼ਨ ਕਿਹੜੀ ਚੀਜ਼ ਆ ਉਹ ਕਹਿੰਦੇ ਸਟਿੰਗ ਆਪਰੇਸ਼ਨ ਹੋਇਆ ਜਿੰਨੀ ਕੁ ਮੈਂ ਗੱਲਬਾਤ ਸੁਣੀ ਹੈ ਸੋ ਜੇ ਕੁਛ ਚੰਗਾ ਕਹਿੰਦੇ ਤਾਂ ਅਸੀਂ ਚੰਗਾ ਹੀ ਕਹਾਂਗੇ ਸਾਨੂੰ ਇਹ ਕੋਈ ਅਸੀਂ ਇਹ ਯਾਨੀ ਕਿ ਆਪਦੇ ਵਿੱਚ ਅਸੀਂ ਇਹ ਕਹੀਏ ਜੀ ਅਸੀਂ ਕਾਂਗਰਸੀ ਅਸੀਂ ਉਹਨਾਂ ਦੀ ਬੁਰਾਈ ਹੋਈ ਕਰਨੀ ਹੈ ਜਿੱਥੇ ਕੋਈ ਚੰਗਾ ਕਰਦਾ ਤਾਂ ਵਧੀਆ ਗੱਲ ਮੈਂ ਕਹਿੰਦਾ ਵੀ ਅੱਗੇ ਵੀ ਹਜੇ ਇਹ ਜੇ ਤੁਸੀਂ ਸਟਾਰਟ ਕੀਤਾ ਤਾਂ ਬਹੁਤ ਬੰਦੇ ਹਜੇ ਹੋਰ ਵੀ ਨੇ ਜਿਹੜੇ ਇੱਥੇ ਧਾਂਦਲੀਆਂ ਕਰ ਰਹੇ ਨੇ ਇੱਥੇ ਟਰੱਕ ਯੂਨੀਅਨ ਅਤੇ ਰਫਲਾਂ ਲੈ ਕੇ ਕਬਜ਼ਾ ਕਰ ਰਹੇ ਨੇ ਕਿਤੋਂ ਫਰੌਤੀ ਮੰਗੀਆਂ ਜਾ ਰਹੀਆਂ ਨੇ ਸਭ ਕੁਛ ਇੱਥੇ ਗੰਦ ਪਿਆ ਹੋਇਆ ਹੈ ਨਾ ਜੇ ਤੁਸੀਂ ਬਹੁਤ ਨੇੜੇ ਮੈਂ ਕਹਿੰਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਵੀ ਬੇਨਤੀ ਕਰਦਾ ਵੀ ਇੱਕ ਜੇ ਤੁਸੀਂ ਵੱਡਾ ਲੈਂਜ਼ ਲਾ ਕੇ ਇੱਕ ਚਸ਼ਮਾ ਲਾ ਕੇ ਜੇ ਬਹੁਤ ਕਰੀਬ ਤੋਂ ਦੇਖੋਗੇ ਤਾਂ ਇਹ ਉਹੀ ਲੋਕ ਨੇ ਜੋ ਕਬਜ਼ਿਆਂ ਵਾਲੇ ਜੋ ਅਕਾਲੀਆਂ ਕਾਂਗਰਸੀਆਂ ਦੂਜੀਆਂ ਪਾਰਟੀਆਂ ਦੇ ਰਾਜਾਂ ਦੇ ਵਿੱਚ ਧਾਂਦਲੀ ਕਰਦੇ ਸੀ ਪਾਰਟੀਆਂ ਜ਼ਰੂਰ ਚੇਂਜ ਹੋਈ ਗਈਆਂ ਪਰ ਗੁੰਡੇ ਬਦਮਾਸ਼ ਲੋਕ ਜਿਹੜੇ ਪਹਿਲਾਂ ਵੀ ਉਹ ਕੰਮ ਕਰਦੇ ਸੀ ਹੁਣ ਉਹਨਾਂ ਨੇ ਦੂਜੀਆਂ ਪਾਰਟੀਆਂ ਨੇ ਜਿਹੜੀ ਸਰਕਾਰ ਉਹਦਾ ਸਹਾਰਾ ਲੈ ਲਿਆ ਸੋ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਰੜੇ ਹੱਥੀ ਲੈਣ ਦੀ ਹੈ ਨਾ ਅੱਛਾ ਸਟਿੰਗ ਆਪਰੇਸ਼ਨ ਨੂੰ ਵੀ ਸਵਾਲ ਖੜੇ ਹੋ ਰਹੇ ਜਿਵੇਂ ਛੋਟੇਪੁਰ ਦੀ ਵੀਡੀਓ ਆਈ ਸੀ ਜੀ ਉਹ ਅੱਗੇ ਤੱਕ ਜਨਤਕ ਹੀ ਨਹੀਂ ਹੋਈ ਦੇਖੋ ਜੀ ਸਟਿੰਗ ਆਪਰੇਸ਼ਨ ਮੈਂ ਦਿਖਾ ਦੂੰ ਵੀਡੀਓ ਤਾਂ ਤੁਹਾਡੇ ਸਾਡੇ ਕੋਲ 20 ਵੀਡੀਓ ਪਈਆਂ ਨੇ ਠੀਕ ਹੈ ਨਾ ਵੀ ਜਿੱਥੇ ਰਫਲਾਂ ਲੈ ਕੇ ਜਾਂਦੇ ਨੇ ਟਰੱਕ ਯੂਨੀਅਨ ਤੇ ਕਬਜ਼ੇ ਦੀ ਗੱਲ ਹੋ ਗਈ ਧੱਕਾ ਹੋ ਗਿਆ ਆ ਥਰਮਲ ਦੇ ਵਿੱਚ ਦਫ਼ਤਰ ਖੋਲਣ ਦੀ ਗੱਲ ਹੋ ਗਈ ਮੈਂ ਦਿਖਾ ਦਿੰਦਾ ਵੀਡੀਓ ਸਟਿੰਗ ਆਪਰੇਸ਼ਨ ਤਾਂ ਮੈਂ ਦੇ ਦਿੰਦਾ ਜੀ ਤੁਹਾਨੂੰ ਪਰ ਗੱਲ ਇਹ ਹੈ ਵੀ ਕੋਈ ਜੇ ਕੋਈ ਐਕਸ਼ਨ ਹੁੰਦਾ ਤਾਂ ਉਹ ਕਿਸੇ ਵਜ੍ਹਾ ਕਰਕੇ ਹੁੰਦਾ ਕੋਈ ਗੱਲ ਨਹੀਂ ਜੀ ਅੱਜ ਨਹੀਂ ਆਉਣਗੀਆਂ ਤਾਂ ਫਿਰ ਕਦੇ ਫੇਰ ਸਾਹਮਣੇ ਆ ਜਾਣਗੀਆਂ ਜਿਹੜੇ ਬੰਦੇ ਨੇ ਕੋਈ ਗਲਤ ਕੰਮ ਕਰਨਾ ਉਹਨੇ ਕਰ ਹੀ ਲੈਣਾ ਲੋਕਾਂ ਨੂੰ ਕਿੱਡਾ ਗੁੱਸਾ ਆਇਆ ਤਾਂ ਕੁੜੀ ਕਰੇ ਸੀਗਾ ਕਿ ਵੱਡਾ ਕਾਲਜ ਆ ਉਹੀ ਤਾਂ ਗੱਲ ਹੈ ਨਾ ਬਾਈ ਜੀ ਮੈਂ ਮੰਤਰੀ ਮਿਲਿਆ ਮੈਂ ਤੁਹਾਨੂੰ ਉਹੀ ਤਾਂ ਗੱਲ ਕਹਿਣਾ ਵੀ ਸਾਡੇ ਮਾਨਸਾ ਦੀ ਬਦਕਿਸਮਤੀ ਹੈ ਸਿਰ ਪਿੱਛੇ ਰੱਖੀ ਕਿ ਸਾਨੂੰ ਇੰਨੇ ਟਾਈਮ ਬਾਅਦ ਕੋਈ ਮੰਤਰੀ ਮਿਲਿਆ ਜੀ ਜੇ ਮਸਾਂ ਕੋਈ ਮੰਤਰੀ ਬਣਿਆ ਸੀ ਤਾਂ ਉਹਨੇ ਆਹ ਕੰਮ ਕਰਕੇ ਸਾਡੇ ਲੋਕਾਂ ਦਾ ਮਾਣ ਤੋੜਿਆ ਕਿਤੇ ਸਾਡਾ ਮਾਨਸਾ ਮਸ਼ਹੂਰ ਸੀ ਇੱਥੋਂ ਦੇ ਲੋਕਾਂ ਕਰਕੇ ਜਿਨ੍ਹਾਂ ਨੇ ਇੱਥੋਂ ਐਡਾ ਐਡਾ ਨਾਮ ਕਮਾਇਆ
ਇਹਨਾਂ ਪਿੰਡਾਂ 'ਚ ਉੱਠ ਕੇ ਦੁਨੀਆ ਪੱਧਰ 'ਤੇ ਮੂਸਾ ਮਾਨਸਾਰਾ ਨਕਸ਼ੇ ਦੇ ਉੱਤੇ ਲੈ ਕੇ ਅਤੇ ਕਿਤੇ ਸਾਡਾ ਅੱਜ ਨਾਮ ਬਦਨਾਮ ਹੋ ਰਿਹਾ 1% ਵਾਲਿਆਂ ਦੇ ਨਾਮ 'ਤੇ। ਦੁੱਖ ਹੋਇਆ ਮੈਨੂੰ, ਦੁੱਖ ਹੋਇਆ ਨਹੀਂ, ਬੁਰਾ ਤਾਂ ਲੱਗਦਾ ਜੀ। ਚਲੋ ਇਹ ਲੋਕਾਂ ਦੀ ਫਿਤਰਤ ਹੋਣੀ ਹੈ, ਠੀਕ ਹੈ, ਸਾਨੂੰ ਵੀ ਬੁਰਾ ਲੱਗਿਆ ਉਦੋਂ ਜਦੋਂ ਸਾਡੇ 'ਤੇ ਲੋਕ ਕਹਿੰਦੇ ਸੀਗੇ ਵੀ ਯਾਰ ਇਹ ਤਾਂ ਤੁਸੀਂ ਗਲਤ ਹੋ, ਇਹ ਸਹੀ ਹੈ। ਸਾਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਯਾਰ ਹਾਂ ਹੁਣ ਦੇਖੋ, ਪਰ ਕਿਤੇ ਨਾ ਕਿਤੇ ਇਹ ਵੀ ਹੁੰਦਾ ਵੀ ਯਾਰ ਸਾਡੇ ਲੋਕਾਂ ਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ, ਮਾਣ ਦੇ ਕੇ ਐਡਾ ਅਹੁਦਾ ਬਖਸ਼ਿਆ ਵੀ ਉਹਨਾਂ ਦਾ ਦਿਲ ਟੁੱਟਿਆ, ਤੇ ਅਸੀਂ ਕਿਸੇ ਦੀ ਯਾਨੀ ਕਿ ਕਹਿੰਦੇ ਹੁੰਦੇ ਹਾਂ ਵੀ ਔਖੇ ਟਾਈਮ ਦੇ ਵਿੱਚ ਉਹਨਾਂ ਤੇ ਹੱਸਣ ਵਾਲਿਆਂ ਚੋਂ ਨਹੀਂ ਹੈਗੇ, ਪਰ ਕਿਤੇ ਨਾ ਕਿਤੇ ਗੁੱਸਾ ਜ਼ਰੂਰ ਆਉਂਦਾ ਵੀ ਇੰਨੇ ਲੋਕਾਂ ਦਾ ਵਿਸ਼ਵਾਸ ਸਾਨੂੰ ਤੋੜਨਾ ਨਹੀਂ ਸੀ ਚਾਹੀਦਾ। ਤੁਹਾਡੇ ਫੈਨ ਬੜੇ ਖੁਸ਼ ਨੇ, ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਜਾ ਰਹੀਆਂ ਤੁਹਾਡੀਆਂ ਵੀਡੀਓ। ਦੇਖੋ ਜੀ ਹੁਣ ਲੋਕਾਂ ਦਾ ਕੀ ਕਰ ਸਕਦੇ ਆ, ਮੈਂ ਬਾਈ ਜੀ ਨੂੰ ਗੱਲ ਕਹਿ ਰਿਹਾ ਸੀ, ਮੈਨੂੰ ਕੱਲ ਅੱਜ ਕਰੀ ਜਾਂਦੇ ਸੀ ਕਹਿੰਦੇ ਬਾਈ ਜੀ ਬਹੁਤ ਲੋਕ ਖੁਸ਼ ਨੇ, ਮੈਂ ਕਿਹਾ ਅਸਲ ਦੇ ਵਿੱਚ ਰੌਲਾ ਪਤਾ ਕੀ ਹੈ ਜੀ, ਅਸੀਂ ਚੰਗਾ ਮਾੜਾ ਦੇਖਣ ਦੀ ਬਜਾਏ ਬਸ ਸਵਾਦ ਪਿੱਛੇ ਲੱਗੇ ਹੋਏ ਆ। ਕੱਲ ਮੇਰੀ ਹਾਰ ਹੋਈ, ਕੱਲ ਮੇਰੇ ਤੇ ਸਵਾਦ, ਅੱਜ ਕੋਈ ਹੋਰ ਜੇਲ੍ਹ 'ਚ ਗਿਆ ਅੱਜ ਉਹਦੇ ਤੇ ਸਵਾਦ, ਕੱਲ ਨੂੰ ਕੋਈ ਹੋਰ ਗਲਤੀ ਕਰੂ ਉਹਦੇ ਤੇ ਸਵਾਦ। ਜਿੰਨਾ ਚਿਰ ਅਸੀਂ ਚੰਗੀਆਂ ਚੀਜ਼ਾਂ ਦਾ ਪਿੱਛਾ ਨਹੀਂ ਕਰਾਂਗੇ, ਇੱਕ ਚੰਗੇ ਮਕਸਦ ਲਈ ਨਹੀਂ ਤੁਰਾਂਗੇ, ਅਸੀਂ ਸਵਾਦ ਜੋਗੀ ਰਹਿ ਜਾਂਗੇ ਨਹੀਂ। ਪਰ ਤੁਹਾਨੂੰ ਲੱਗਦਾ ਕਿ ਹੁਣ ਸੀਐਮ ਵਾਸਤੇ ਵੀ ਇੱਕ ਵੱਡਾ ਉਹ ਇਸ਼ੂ ਬਣ ਗਿਆ, ਮਤਲਬ ਇਹ ਪ੍ਰੈਸਟੀਜ ਇਸ਼ੂ ਹੈਗਾ ਕਿ ਬਾਕੀ ਵੀ ਜਿਹੜੇ ਜ਼ਿਲ੍ਹੇ ਹੈਗੇ ਜਾਂ ਬਾਕੀ ਵੀ ਪੂਰਾ ਘੋਖ ਕਰਨੀ ਪਊਗੀ ਹੋਰ ਵੀ ਕਰਪਸ਼ਨ ਰੋਕਣ? ਬਾਈ ਜੀ ਮੈਂ ਉਹੀ ਬੇਨਤੀ ਕਰ ਰਿਹਾ ਕਿ ਵੀ ਸਾਨੂੰ ਲੋੜ ਹੈ ਪੜਤਾਲ ਕਰਨ ਦੀ, ਠੀਕ ਹੈ। ਮੈਂ ਚਲੋ ਇੱਕ ਇੱਕ ਕਲਾਕਾਰ ਹਾਂ, ਪਰ ਮੈਂ ਵੀ ਇੱਕ ਸਮਾਜ ਦਾ ਹਿੱਸਾ, ਅਸੀਂ ਇੱਥੇ ਮਾਨਸਾ ਦੇ ਵਿੱਚ ਰਹਿੰਦੇ ਹਾਂ, ਅਸੀਂ ਦੇਖਦੇ ਹਾਂ ਕਿਉਂਕਿ ਨਿੱਕੇ ਨਿੱਕੇ ਪੱਧਰ 'ਤੇ ਹੁਣ ਜਿਹੜੇ ਮੇਰੇ ਇੱਕ ਦੋ ਬੰਦੇ ਜਿਹੜੇ ਮਿੱਤਰ ਸੀਗੇ ਜਿਹੜੇ ਕੰਪੇਨ ਕਰਦੇ ਸੀ ਵਿਚਾਰੇ, ਉਹਨਾਂ ਨੂੰ ਧਮਕੀਆਂ ਗਈਆਂ ਜੀ, ਕੋਈ ਸ਼ੈਲਰ ਕੰਮ ਕਰਦਾ ਸੀ, ਸ਼ੈਲਰ ਵਾਲਿਆਂ ਦੇ ਟਰੱਕ ਨਹੀਂ ਜਾਣ ਦਿੱਤੇ ਕਿਉਂਕਿ ਟਰੱਕ ਯੂਨੀਅਨ 'ਤੇ ਇਹਨਾਂ ਦੇ ਕਬਜ਼ਾ ਸੀ, ਆਹ ਪਰਸੋਂ 'ਚ ਉੱਥੇ ਟਰੱਕ ਯੂਨੀਅਨ ਦੇ ਵਿੱਚ ਧਰਨਾ ਸੀ, ਉਹਨਾਂ ਦੀਆਂ ਗੱਡੀਆਂ ਨਹੀਂ ਲੈਣ ਦਿੱਤੀਆਂ ਗਈਆਂ। ਸੋ ਇਹ ਗੁੰਡਾਗਰਦੀ ਕਰ ਰਹੇ ਨੇ ਜੀ, ਇੱਥੋਂ ਦੇ ਦੋ ਤਿੰਨ ਬਦਮਾਸ਼ ਹੈ ਜਿਹੜੇ ਨੁੱਕੜ ਬਦਮਾਸ਼ ਹੁੰਦੇ ਨੇ, ਮੈਂ ਨਾਮ ਵੀ ਲੈ ਦੂੰਗਾ, ਮੈਨੂੰ ਕੋਈ ਘਬਰਾਹਟ ਨਹੀਂ ਉਹਨਾਂ ਤੋਂ, ਦੋ ਤਿੰਨ ਬਦਮਾਸ਼ ਨੇ ਸਾਡੇ ਮਾਨਸਾ ਦੇ ਵੀ, ਉਹ ਪਤਾ ਨਹੀਂ ਕੀ ਸਮਝਦੇ ਨੇ ਆਪਦੇ ਆਪ ਨੂੰ, ਰਫਲਾਈਆਂ ਚੱਕੀ ਫਿਰਦੇ ਨੇ ਇੱਥੇ। ਸੋ ਇਹਨਾਂ ਨੇ ਗੰਦ ਸਾਰੇ ਕੀਤੀ ਪਾਇਆ ਹੋਇਆ, ਇਹ ਉਹੀ ਗੱਲ ਆ ਵੀ ਪਾਰਟੀ ਚੇਂਜ ਹੋ ਗਈ, ਮੁੱਖ ਮੰਤਰੀ ਸਾਹਿਬ ਚੇਂਜ ਹੋ ਗਏ, MLA ਮੰਤਰੀ ਬਣ ਗਏ, ਪਰ ਜਿਹੜੇ ਗਲਤ ਕੰਮ ਕਰਨ ਵਾਲੇ ਲੋਕ ਨੇ ਉਹ ਤਾਂ ਉਹੀ ਨੇ, ਉਹ ਹੁਣ ਉਹਨਾਂ ਦੀ ਸ਼ਰਨ 'ਚ ਜਾ ਕੇ ਬਹਿ ਗਏ। ਸੋ ਸਾਨੂੰ ਲੋੜ ਹੈ ਵੀ ਅਸੀਂ ਦੂਜਿਆਂ 'ਤੇ ਉਂਗਲਾਂ ਚੱਕਣ ਦੇ ਨਾਲੋਂ ਇੱਕ ਚੰਗਾ ਕਲੀਅਰ ਚਸ਼ਮਾ ਲੈ ਕੇ ਅਸੀਂ ਲੋਕਾਂ ਨੂੰ ਵਾਚੀਏ। ਅਤੇ ਮੈਂ ਲੋਕਾਂ ਨੂੰ ਵੀ ਇਹ ਗੱਲ ਕਰਦਾ ਕਿ ਅੱਜ ਤੁਸੀਂ ਸ਼ਾਇਦ ਖੁਸ਼ ਹੁੰਦੇ ਹੋਵੋਗੇ ਜੀ, ਕੋਈ ਬੰਦਾ ਉਹਦੇ ਕਰਪਸ਼ਨ ਦੇ ਚਾਰਜ ਲਾ ਕੇ ਮੰਤਰੀ ਪਦ 'ਚੋਂ, ਠੀਕ ਹੈ, ਜੋ ਉਹਨੇ ਕੀਤੀ ਉਹ ਭੁਗਤ ਰਿਹਾ, ਪਰ ਗੱਲ ਇਹ ਹੈ ਕਿ ਸਾਨੂੰ ਚਸ਼ਮਾ ਲਾਉਣਾ ਪੈਣਾ ਮੋਟਾ। ਕੱਲ ਨੂੰ ਵੋਟਾਂ ਦੁਬਾਰੇ ਫੇਰ ਪੈਣਗੀਆਂ, ਕੱਲ ਨੂੰ MP ਚੁਣਨੇ ਪੈਣਗੇ, ਉਦੋਂ ਬਾਅਦ ਫੇਰ ਮੁੱਖ ਮੰਤਰੀ ਬਣਾਉਣਾ ਪਊ, ਸਰਕਾਰ ਬਣਾਉਣੀ ਪਊ। ਸਾਨੂੰ ਪਾਰਟੀਆਂ ਪਿੱਛੇ ਲੱਗਣ ਨਾਲੋਂ ਬੰਦਿਆਂ ਨੂੰ ਬਚਣਾ ਚਾਹੀਦਾ ਕਿ ਬੰਦਾ ਕੌਣ, ਉਹਦਾ ਕਿਰਦਾਰ ਕੀ ਹੈ, ਘੱਟੋ ਘੱਟ ਉਹਦੇ ਪਿਛਲੇ 10 ਸਾਲਾਂ ਦੀ ਕ੍ਰੈਡੀਬਿਲਟੀ ਚੈੱਕ ਕਰਨੀ ਚਾਹੀਦੀ ਹੈ। ਸਿੱਧੂ ਚੋਣ ਮੈਦਾਨ 'ਤੇ ਦੁਬਾਰੇ ਉਤਰੇਗਾ ਮਾਨਸਾ ਦਾ? ਉਹ ਯਾਰ ਮੈਂ ਮੇਰੀ ਚੋਣ 'ਚ ਉਤਰਨਾ ਜਾਂ ਨਾ ਉਤਰਨਾ, ਇਲੈਕਸ਼ਨ ਲੜਨਾ ਕੋਈ, ਮੈਂ ਕਹਿੰਦਾ ਪੰਜਾਬ ਦਾ ਮੁੱਦਾ ਨਹੀਂ, ਉਹ ਕੋਈ ਮਸਲੇ ਵਾਲੀ ਗੱਲ ਨਹੀਂ ਵੀ ਉਹ ਲਈਆਂ ਗੱਲਾਂ ਨੇ ਵੀ ਜਿਹੜੀ ਗੱਲ ਜਿਹੜੀ ਅੱਜ ਦੀ ਗੱਲ ਆ ਵੀ ਸਾਨੂੰ ਇਹ ਵੀ ਇਲੈਕਸ਼ਨਾਂ ਕਾਹਦੇ ਖਾਤਰ ਹੁੰਦੀਆਂ, ਮੇਰਾ ਮੈਂ ਕਾਹਦੇ ਵਾਸਤੇ ਖੜੂੰ, ਮੈਂ ਵੀ ਤਾਂ ਉਸੇ ਕੰਮ ਕਰਕੇ ਖੜੂੰਗਾ ਵੀ ਮੈਂ ਕਿਉਂ ਖੜਾ ਹੋਇਆ ਸੀ ਉਹਨੂੰ, ਕਿ ਵੀ ਮੈਨੂੰ ਐਂ ਸੀ ਵੀ ਚੱਲ ਠੀਕ ਹੈ ਯਾਰ ਅਸੀਂ ਇਸ ਇਲਾਕੇ 'ਚ ਰਹਿੰਦੇ ਹਾਂ, ਜੇ ਇਸ ਇਲਾਕੇ ਦੀ ਨੁਮਾਇੰਦਗੀ ਕਰਾਂਗੇ ਚੰਗੇ ਤਰੀਕੇ ਨਾਲ, ਜਿਹੜੀ ਮਾਨਸਾਰੀ ਆਵਾਜ਼ ਸਟੇਟ ਤੱਕ ਨਹੀਂ ਸੀ ਪਹੁੰਚਦੀ ਉਹਨੂੰ ਵਿਸ਼ਵ ਪੱਧਰ ਤੱਕ ਪਹੁੰਚਾ ਸਕਦੇ ਹਾਂ ਕਿਉਂਕਿ ਸਾਨੂੰ ਵਿਸ਼ਵ ਪੱਧਰ ਦੇ ਲੋਕ ਸੁਣਦੇ ਆ, ਠੀਕ ਹੈ। ਚਲੋ ਠੀਕ ਹੈ, ਲੋਕਾਂ ਨੂੰ ਫੈਸਲਾ ਕੁਛ ਹੋਰ ਸੀ, ਉਹਨਾਂ ਨੇ ਕੁਛ ਹੋਰ ਮੰਨਿਆ, ਪਰ ਇਹ ਗੱਲ ਹੈ ਵੀ ਸਾਡਾ ਕੰਮ ਵੀ ਉਹੀ ਹੈ ਜੋ ਆਹ ਸਰਕਾਰ ਕੰਮ ਕਰਨ ਵਾਸਤੇ ਬਣੇ, ਜੇ ਇਹਨਾਂ ਨੇ ਨਾ ਕਰਿਆ ਤਾਂ ਫਿਰ ਅਸੀਂ ਵੀ ਟਰਾਈ ਕਰਾਂਗੇ ਜੀ, ਕੋਈ ਗੱਲ ਨਹੀਂ, ਲੋਕਾਂ ਦੇ ਜਿੱਥੇ ਲੋਕਾਂ ਦਾ ਸਾਨੂੰ ਹੁਕਮ ਹੋਊ ਅਸੀਂ ਉਹਨਾਂ ਨਾਲ ਖੜਾਂਗੇ, ਕੋਈ ਮਸਲੇ ਵਾਲੀ ਗੱਲ। ਠੀਕ ਹੈ, ਧੰਨਵਾਦ।